बदलाव ने अमृतसर दे विच एक वड्डा फंक्शन किया है। एक हिसाब का 2024 दी इलेक्शनां दा जिहड़ा ऐलान है वह दिखाया करके कि साडे च किन्ना क दमखम है मुख्यमंत्री साहब ने, पर फलोप शो जिवें कह दिंदे हुंदे ने जिवें साडे मुख्यमंत्री साहब एक कलाकार ने, तां कलाकार लई जिहड़ा शो हुंदा है वह जां तां सक्सैस मन्निया जांदा जां फलोप मन्निया जांदा। तां इह फलोप शो साबित होया क्योंकि इहदे विच बड़ी सरकार दी किरकिरी होई है। एक पत्र सोशल मीडिया दे उत्ते कल दा घूमदा फिरदा सी कि मास्टरां दीआं ड्यूटियां ला दित्तियां गईआं ने कि भाई बसां तुसीं लै के आणीआं ने, क्योंकि मास्टरां नूं बसां दा इंचार्ज बना दित्ता गया कि मास्टर भोला सिंह जिहड़े ने ਉਹ ਫਲਾਣੇ ਐਮਐਲਏ ਦੀ ਬੱਸ ਨੰਬਰ 3 ਦੇ ਇੰਚਾਰਜ ਹੋਣਗੇ ਤੇ ਉਹ ਬੱਸ ਲੈ ਕੇ ਆਣਗੇ, ਤੇ ਉਧਰੋਂ ਜਿਹੜਾ ਖਾਣ ਪੀਣ ਦਾ ਪ੍ਰਬੰਧ ਹੈ ਜਿਹੜਾ ਉਹ ਵੀ ਪੰਜਾਬ ਸਰਕਾਰ ਨੇ ਕੀਤਾ, ਉਹ ਸਿਵਲ ਤੇ ਖੁਰਾਕ ਮਹਿਕਮੇ ਨੇ ਉਹਦਾ ਪ੍ਰਬੰਧ ਕੀਤਾ। ਜੋ ਸਾਡੇ ਸੂਤਰ ਦੱਸਦੇ ਨੇ ਕਿ ਇਹ ਜਿਹੜਾ ਕਿਸੇ ਇੱਕ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਕਿ ਛੋਟੇ ਛੋਟੇ ਪੈਕਟ ਖਾਣੇ ਦੇ ਬਣਾ ਕੇ ਤੇ ਦੇਣਗੇ ਜੋ ਬੱਸਾਂ ਦੇ ਵਿੱਚ ਹੀ ਮੁਹੱਈਆ ਕਰਾਏ ਜਾਣਗੇ। ये तो चलो जिहड़ियां चीज़ां पब्लिक दे विच आ गईयां ओह ने, सानू कुछ सूत्रां तों पता भी लग्गिया कि बसां दीआं सीटां दे थल्ले कुछ पेटियां भी सीगियां। ओह पेटियां पता नहीं कोल्ड ड्रिंक दीआं सी जां रब जाणे कोई दूजी ड्रिंक दीआं सीगियां। कहिंदे बसां दे विच पेटियां भी रखियां गईयां ने कि साडे वलंटियर ने जिहड़े थक टुट जाणगे जां राह 'च जांदे थक जाणगे तां उहनां नूं ओह ड्रिंक दे के थोड़ी जिही पावर दित्ती जाएगी। ਉਹ ਪੇਟੀਆਂ ਵੀ ਸੀਗੀਆਂ। ਤਾਂ ਸਰਕਾਰ ਜਦੋਂ ਆਈ ਸੀ ਭਗਵੰਤ ਮਾਨ ਸਾਹਿਬ ਹਰ ਆਪਣੀ ਸਟੇਜ ਤੋਂ ਖੜ ਕੇ ਇੱਕ ਗੱਲ ਜ਼ਰੂਰ ਕਹਿੰਦੇ ਰਹੇ ਨੇ ਕਿ ਜਿਹੜੇ ਮਾਸਟਰ ਨੇ ਮਾਸਟਰਾਂ ਨੂੰ ਮਾਸਟਰਾਂ ਦਾ ਕੰਮ ਦਿੱਤਾ ਜਾਏਗਾ। ਇਹ ਤਾਂ ਜੱਗੋ 13ਵੀਂ ਕਰਤੀ ਇਹਨਾਂ ਨੇ ਕਿ ਹੁਣ ਮਾਸਟਰ ਰੈਲੀਆਂ ਦੇ ਵਿੱਚ ਇਹਨਾਂ ਦੇ ਬੰਦੇ ਇਕੱਠੇ ਕਰਕੇ ਵੀ ਲੈ ਕੇ ਆਇਆ ਕਰਨਗੇ। ਚਲੋ ਪਹਿਲੀਆਂ ਸਰਕਾਰਾਂ ਨੇ ਵੋਟਾਂ ਬਣਵਾਈਆਂ ਸੀਗੀਆਂ, ਪੋਲੀਓ ਦੀਆਂ ਬੂੰਦਾਂ ਪਿਲਾ ਲੈਂਦੇ ਸੀ ਮਾਸਟਰਾਂ ਤੋਂ, ਮਾਸਟਰਾਂ ਤੋਂ ਹੋਰ ਡਾਟਾ ਬਣਵਾ ਲੈਂਦੇ ਸੀਗੇ। ਇਹਨਾਂ ਨੇ ਤਾਂ ਜੱਗੋ 13ਵੀਂ ਕਰਤੀ ਪਾਰਟੀ ਦਾ ਪ੍ਰੋਗਰਾਮ ਨੂੰ ਜਿਹੜਾ ਆਪਣੀ ਸਟੇਟ ਦਾ ਪ੍ਰੋਗਰਾਮ ਦੱਸ ਕੇ ਉਹਦੇ ਤੇ ਸਟੇਟ ਦਾ ਪੈਸਾ ਵਾਇਆ ਗਿਆ, ਬੱਸਾਂ ਵਰਤੀਆਂ ਗਈਆਂ, ਤੇ ਉਹ ਜਿਹੜੀਆਂ ਬੱਸਾਂ ਵਰਤੀਆਂ ਗਈਆਂ ਜਿੱਥੋਂ ਬੱਸਾਂ ਮੰਗੀਆਂ ਗਈਆਂ ਉਸ ਅੱਡਿਆਂ ਦੇ ਵਿੱਚ ਅੱਜ ਸਵਾਰੀਆਂ ਜਿਹੜੀਆਂ ਨੇ ਵਿਲਕਰੀਆਂ ਸੀਗੀਆਂ ਕਿ ਸਾਡੀ ਜਿਹੜੀ ਬੱਸ ਹੈ ਉਹ ਕਿੱਥੇ ਚਲੀ ਗਈ। ਹੁਣ ਕੌਣ ਦੱਸੇ ਕਿ ਵੱਡੇ ਘਰੋਂ ਹੁਕਮ ਆਇਆ, ਭਗਵੰਤ ਮਾਨ ਸਾਹਿਬ ਦਾ ਹੁਕਮ ਆਇਆ, ਇਹ ਤਾਂ ਹੁਣ ਯੂ ਟਰਨ ਨਹੀਂ ਹੋਣਾ ਕਿਉਂਕਿ ਭਗਵੰਤ ਮਾਨ ਸਾਹਿਬ ਹਰ ਗੱਲ ਤੇ ਯੂ ਟਰਨ ਤਾਂ ਮਾਰ ਜਾਂਦੇ ਨੇ, ਪਰ ਇਹਦੇ ਉੱਤੇ ਉਹਨਾਂ ਨੇ ਯੂ ਟਰਨ ਇਹ ਮਾਰਿਆ ਕਿ ਅਧਿਆਪਕਾਂ ਨੂੰ ਕਿਹਾ ਸੀ ਕਿ ਤੁਹਾਡਾ ਜਿਹੜਾ ਕੰਮ ਹੈ ਉਹ ਤੁਸੀਂ ਅਧਿਆਪਕ ਪੜ੍ਹਾਉਣ ਦਾ ਹੀ ਕੰਮ ਕਰੋਗੇ, ਪਰ ਇਹ ਜਿਹੜਾ ਨਵਾਂ ਕੰਮ ਉਹਨਾਂ ਦੇ ਸਿਰੇ ਲਾਤਾ ਜਿਹਦੇ ਕਰਕੇ ਅਧਿਆਪਕ ਜਥੇਬੰਦੀਆਂ ਦੇ ਵਿੱਚ ਵੀ ਰੋਸ ਪਾਇਆ ਜਾ ਰਿਹਾ। ਉਸ ਤੋਂ ਬਾਅਦ ਦੇਖੋ ਜਿਹੜੇ ਬੇਰੁਜ਼ਗਾਰ PTI ਟੀਚਰ ਨੇ ਜਦੋਂ ਸਰਕਾਰ ਨਹੀਂ ਬਣੀ ਸੀ ਮੁੱਖ ਮੰਤਰੀ ਸਾਹਿਬ ਦਿੱਲੀ ਵਾਲੇ ਉੱਥੇ ਜਾ ਕੇ ਸਿੱਪੀ ਸ਼ਰਮਾ ਨੂੰ ਆਪਣੀ ਭੈਣ ਬਣਾ ਕੇ ਆਏ ਸੀ ਕਿ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਬਣ ਗਈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪੱਕਾ ਕੀਤਾ ਜਾਏਗਾ। ਅੱਜ ਉਸੇ ਭੈਣ ਨੂੰ ਉੱਥੇ ਰੈਲੀ ਤੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਿਹੜੀ ਗੱਲੋਂ ਕੀਤਾ ਗਿਆ ਕਿ ਇਹ ਰੈਲੀ ਦੇ ਵਿੱਚ ਆ ਕੇ ਆਪਣੀ ਮੰਗ ਨਾ ਮੰਨਣ, ਰੈਲੀ ਦੇ ਵਿੱਚ ਆ ਕੇ ਆਪਣਾ ਜਿਹੜਾ ਹੱਕ ਹੈ ਉਹ ਨਾ ਮੰਗਣ। ਇਹ ਕਿੱਡੀ ਵੱਧ ਤੋਂ ਬੱਤਰ ਗੱਲ ਹੈ ਕਿ ਬਗਾਨੇ ਸੂਬੇ ਦਾ ਬੰਦਾ ਸਾਡੇ ਸੂਬੇ ਦੇ ਵਿੱਚ ਆ ਕੇ ਸਾਡੇ ਸੂਬੇ ਦੀਆਂ ਧੀਆਂ ਭੈਣਾਂ ਨੂੰ ਪੁਲਿਸ ਤੋਂ ਅੰਦਰ ਡਕਾ ਰਿਹਾ, ਥਾਣਿਆਂ ਦੇ ਵਿੱਚ ਲੈ ਕੇ ਚਲੇ ਗਏ, ਹੋਰ ਕਈ ਆਗੂਆਂ ਨੂੰ ਥਾਣਿਆਂ ਦੇ ਵਿੱਚ ਲੈ ਕੇ ਚਲੇ ਗਏ। ਪੰਜਾਬ ਪੁਲਿਸ ਸਵੇਰੇ 6:30 ਪੰਜਾਬ ਪੁਲਿਸ ਪਹੁੰਚ ਜਾਂਦੀ ਹੈ। ਪੰਜਾਬ ਪੁਲਿਸ ਤਾਂ ਕੀ, ਉਹ ਤਾਂ ਹੁਕਮ ਦੀ ਬੱਝੀ ਹੈ, ਉਹਨਾਂ ਨੂੰ ਤਾਂ ਹੁਕਮ ਕੀਤੇ ਨੇ ਤੇ ਉਹ ਵਿਚਾਰੀ ਨੇ ਕੰਮ ਕਰਨਾ। ਇਹ 'ਚ ਪੰਜਾਬ ਪੁਲਿਸ ਨੂੰ ਦੋਸ਼ ਦੇਣ ਦਾ ਕੋਈ ਮਤਲਬ ਨਹੀਂ। ਪੰਜਾਬ ਪੁਲਿਸ ਜਿਹੜੀ ਹੈ ਪਿਛਲੇ ਕਈ ਦਿਨਾਂ ਤੋਂ ਬਹੁਤ ਚੰਗਾ ਕੰਮ ਕਰ ਰਹੀ ਹੈ, ਉਹ ਸਾਨੂੰ ਸਰਾਣਾ ਵੀ ਬਣਦਾ ਉਹਨਾਂ ਦਾ। ਪਰ ਜਿਹੜੇ ਸਾਡੇ ਰਾਜਨੀਤਿਕ ਲੋਕ ਨੇ ਰਾਜਨੀਤਿਕ ਫਾਇਦੇ ਲਈ ਇਹ ਜਿਹੜੀਆਂ ਨੇ ਕੋਝੀਆਂ ਚਾਲਾਂ ਚੱਲ ਰਹੇ ਨੇ। ਹੁਣ ਇਹਨਾਂ ਤੋਂ ਪੁੱਛਿਆ ਜਾਵੇ ਜਿਹੜਾ ਉੱਥੇ ਪ੍ਰੋਗਰਾਮ ਹੋਇਆ ਉਹਦੇ ਉੱਤੇ ਜਿਹੜਾ ਖਰਚਾ ਆਇਆ ਇਹ ਆਮ ਆਦਮੀ ਪਾਰਟੀ ਨੇ ਦਿੱਤਾ ਜਾਂ ਭਗਵੰਤ ਮਾਨ ਨੇ ਦਿੱਤਾ ਜਾਂ ਕਿਹਨੇ ਦਿੱਤਾ। ਮੈਂ 100% ਦਾਅਵੇ ਨਾਲ ਕਹਿਣਾ ਕਿ ਸਾਰਾ ਖਰਚਾ ਪੰਜਾਬ ਦੇ ਖਜ਼ਾਨੇ 'ਚੋਂ ਗਿਆ, ਪੰਜਾਬ ਦੇ ਮੁਲਾਜ਼ਮਾਂ ਨੇ ਲਾਇਆ। ਉੱਥੇ ਏਸੀ ਤੱਕ ਸੀਟਾਂ ਤੇ ਭਗਵੰਤ ਮਾਨ ਸਾਹਿਬ ਦੇ ਪਿੱਛੇ ਏਸੀ ਤੱਕ ਲਾਏ ਗਏ। ਆਮ ਘਰਾਂ ਦਾ ਮੁੰਡਾ ਸੀ
10 मिनट स्टेज ते बिना एसी तो नहीं खड़ सके, उत्थे स्टेजां ते भी इन्हां ते एसी लाए गए कि साडे वड्डे बंदे आ रहे आ एसी चलणगे, एसी लाए गए उत्थे स्टेजां ते। इह आम घरां दे लोक ने दोस्तो, तुसीं समझदे नहीं गे, समझो आम कौन है, आम जां वड्डा होना कोई मकसद नहीं गा, साडे पंजाब नूं दित्ता की है इन्हां लोकां ने, मेन मकसद ओह है। ਇਹ ਸਿਰਫ ਚੁਟਕਲੇ ਸੁਣਾ ਕੇ ਜਾਂ ਚੁਟਕਲੇ ਬਾਜ਼ੀਆਂ ਕਰਕੇ ਸਾਡੇ ਪੰਜਾਬ ਨੂੰ ਗੁੰਮਰਾਹ ਕਰ ਰਹੇ ਨੇ, ਇਹੀ ਇਹਨਾਂ ਦਾ ਮੇਨ ਮੋਟਿਵ ਹੈ। ਅੱਗੇ ਗੱਲ ਕਰਾਂਗੇ ਇਹਨਾਂ ਦੇ ਜਿਹੜੇ ਕਾਂਗਰਸ ਪਾਰਟੀ ਦੇ ਆਪਣਾ ਕਾਂਗਰਸ ਪਾਰਟੀ ਦੇ ਜਿਹੜੇ ਮੇਨ ਆਗੂ ਨੇ ਆਪਣਾ ਰਵਨੀਤ ਸਿੰਘ ਬਿੱਟੂ ਸਾਹਿਬ ਐਮ ਪੀ ਨੇ ਜਿਹੜੇ ਲੁਧਿਆਣੇ ਤੋਂ, ਉਹ ਕੀ ਕਹਿ ਰਹੇ ਨੇ, ਉਹ ਕਹਿੰਦੇ ਕਿ ਜੇ ਤੁਸੀਂ ਨਹੀਂ ਸਮਝੌਤਾ ਕਰਨਾ, ਉਹ ਆਪਣੇ ਆਗੂਆਂ ਨੂੰ ਹੀ ਇਨਡਾਇਰੈਕਟ ਤਰੀਕੇ ਨਾਲ ਕਹਿ ਰਹੇ ਨੇ, ਪ੍ਰਤਾਪ ਸਿੰਘ ਬਾਜਵਾ ਨੂੰ ਤੇ ਰਾਜੇ ਵੜਿੰਗ ਨੂੰ, ਕਿ ਜੇ ਤੁਸੀਂ ਆਮ ਆਦਮੀ ਨਾਲ ਸਮਝੌਤਾ ਨਹੀਂ ਕਰਨਾ ਤਾਂ ਅਸਤੀਫੇ ਦੇ ਦਿਓ। ਦੱਸੋ ਉਦੋਂ ਤੁਸੀਂ ਆਮ ਆਦਮੀ ਨੂੰ ਭੰਡਦੇ ਰਹੇ, ਆਮ ਆਦਮੀ ਕਾਂਗਰਸ ਵਾਲਿਆਂ ਨੂੰ ਚੱਕ ਚੱਕ ਕੇ ਜੇਲ੍ਹਾਂ 'ਚ ਡੱਕਦੀ ਰਹੀ, ਅੱਜ ਤੁਸੀਂ ਇਲੈਕਸ਼ਨ ਲੜਨ ਦੇ ਲਈ ਤੁਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਰਹੇ ਹੋ। ਯਾਰ ਕੋਈ ਧਰਮ, ਕੋਈ ਮਾਣ, ਕੋਈ ਸਵਾਬੀ ਮਾਣ, ਕੋਈ ਅਣਖ, ਕੋਈ ਕਿਸੇ ਤਰ੍ਹਾਂ ਦੀ ਕੋਈ ਚੀਜ਼ ਤਾਂ ਹੁੰਦੀ ਹੈ ਨਾ ਤੁਹਾਡੇ 'ਚ, ਕੀ ਹੈ? ਸਿਰਫ ਤੁਹਾਡੇ ਲਈ ਵੋਟਾਂ ਨੇ, ਕੁਰਸੀਆਂ ਨੇ, ਇਹਦੇ ਇਹਦੇ ਲਈ ਤੁਸੀਂ ਮਤਲਬ ਸਾਰਾ ਕੁਝ ਕਰਦੇ ਹੋ। ਪਹਿਲਾਂ ਤੁਸੀਂ ਕਿੱਡੀਆਂ ਕਿੱਡੀਆਂ ਲੰਮੀਆਂ ਲੰਮੀਆਂ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਗਾਲਾਂ ਕੱਢਦੇ ਸੀ, ਕਿੱਡੇ ਕਿੱਡੇ ਲੰਮੇ ਲੰਮੇ ਉਹਨਾਂ ਦੇ ਉੱਤੇ ਚੋਰ ਡਾਕੂ ਫਲਾਣਾ ਢਿਮਕਣਾ ਉਹਨਾਂ ਦੇ ਉੱਤੇ ਤੰਜ ਕੱਸਦੇ ਸੀ। ਜਿੱਦਣ ਅਜੀਤ ਸੰਪਾਦਕ ਦੇ ਨੇ ਇਕੱਠੇ ਕੀਤੇ ਸੀ ਸਾਰੇ ਪਾਰਟੀਆਂ ਵਾਲੇ, ਉਦਣ ਕੀ ਕਹਿੰਦੇ ਸੀਗੇ ਭਗਵੰਤ ਮਾਨ ਸਾਹਿਬ, ਸਾਰੇ ਊਲ ਜਲੂਲ ਸਾਰਾ ਇਕੱਠਾ ਹੋ ਗਿਆ ਜੀ, ਲੁੰਗ ਲਾਣਾ ਇਹਨਾਂ ਨੂੰ, ਸਾਰੇ ਇਕੱਠੇ ਹੋ ਗਏ ਲੁੰਗ ਲਾਣੇ। ਹੁਣ ਆਮ ਆਦਮੀ ਪਾਰਟੀ ਨੇ ਜਿਹੜਾ ਨਾਲ ਇਕੱਠੇ ਕੀਤੇ ਨੇ ਲੁੰਗ ਲਾਣੇ, ਹੁਣ ਇਹ ਲੁੰਗ ਲਾਣੇ ਨੀ ਇਕੱਠੇ ਹੋਏ ਭਗਵੰਤ ਮਾਨ ਸਾਹਿਬ? ਜਦੋਂ ਬੋਲਦੇ ਹੋ ਉਦੋਂ ਧਿਆਨ ਰੱਖਿਆ ਕਰੋ ਕਿ ਮੈਂ ਕੀ ਬੋਲਣਾ। ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬੋਲਦੇ ਹੋ, ਹੁਣ ਤੁਸੀਂ ਪੰਜਾਬ ਦੇ ਕਮੇਡੀਅਨ ਨਹੀਂ ਰਹੇ, ਤੁਸੀਂ ਪੰਜਾਬ ਦੇ ਮੁੱਖ ਮੰਤਰੀ ਜੇ। ਤੁਹਾਡਾ ਇੱਕ ਇੱਕ ਸ਼ਬਦ ਵਜਨਦਾਰ ਹੋਣਾ ਚਾਹੀਦਾ ਹੈ। ਤੁਸੀਂ ਹਰ ਗੱਲ 'ਚ ਚੁਟਕਲਾ ਸੁਣਾ ਦਿੰਦੇ ਹੋ, ਹਰ ਗੱਲ 'ਚ ਚੁਟਕਲੇ ਸੁਣਾ ਦਿੰਦੇ ਹੋ। ਹੁਣ ਤੁਸੀਂ ਕੱਲ ਰਾਜਾ ਵੜਿੰਗ ਨੂੰ ਕਹਿ ਰਹੇ ਸੀ ਇਹਦੇ ਬੱਸਾਂ ਦੀਆਂ ਬੋਡੀਆਂ ਇਹਨੇ ਬਾਹਰੋਂ ਲਵਾਈਆਂ ਨੇ, ਇਹਦੀ ਫਾਈਲ ਖੁੱਲ ਗਈ। ਮਤਲਬ ਤੁਹਾਡੇ ਖਿਲਾਫ ਤੁਸੀਂ ਮੋਦੀ ਤੋਂ ਤੁਸੀਂ ਕਿਵੇਂ ਪਿੱਛੇ ਹੋ ਗਏ? ਮੋਦੀ ਤੇ ਤੁਹਾਡੇ ਵਿੱਚ ਕੀ ਫਰਕ ਰਹਿ ਗਿਆ? ਮੋਦੀ ਦੇ ਖਿਲਾਫ ਜਿਹੜਾ ਬੋਲਦਾ ਉਹਦੇ ਘਰੇ ਈਡੀ ਆਉਂਦੀ ਹੈ, ਤੁਹਾਡੇ ਖਿਲਾਫ ਜਿਹੜਾ ਬੋਲਦਾ ਉਹਦੇ ਘਰੇ ਵਿਜੀਲੈਂਸ ਆਉਂਦੀ ਹੈ, ਫਰਕ ਕੀ ਹੋਇਆ ਤੁਹਾਡੇ ਖਿਲਾਫ? ਤੁਹਾਡੇ ਤੇ ਮੋਦੀ ਦੇ ਵਿੱਚ ਕੀ ਫਰਕ ਹੈ? ਕੋਈ ਹੈ ਫਰਕ? ਜਿਹਦੇ ਘਰੇ ਜਿਹੜਾ ਕੋਈ ਮਾਤੜ ਹੈ, ਗਰੀਬ ਹੈ, ਜਿਹਦੇ ਘਰੇ ਵਿਜੀਲੈਂਸ ਭੇਜਣ ਜੋਗੇ ਨਹੀਂ ਹੈਗੇ, ਨਾ ਉਹਦੇ ਕੋਲ ਪੈਸਾ ਨਾ ਟੱਕਾ, ਉਹਨੂੰ ਤੁਸੀਂ ਵੈਸੇ ਪੁਲਿਸ ਤੋਂ 2-4 ਪਰਚੇ ਪਵਾ ਦਿੰਦੇ ਹੋ, ਉਹਨਾਂ ਨੂੰ ਪਰਚੇ ਪਵਾ ਦਿੰਦੇ ਹੋ ਤੁਸੀਂ। ਇਹ ਬਾਹਲਾ ਦਿਨ ਨਹੀਂ ਚੱਲਦੇ ਹੁੰਦੇ ਇੱਥੇ ਵੱਡੇ ਵੱਡੇ ਰਾਜੇ। ਤੁਸੀਂ ਇਤਿਹਾਸ ਪੜ੍ਹਿਓ, ਪੰਜਾਬ ਦਾ ਇਤਿਹਾਸ ਪੜ੍ਹੋ, ਇੱਥੇ ਵੱਡੇ ਵੱਡੇ ਰਾਜੇ ਆਏ, ਉਹ ਨਹੀਂ ਰੁਕੇ। ਵੱਡੇ 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 ਕਹਿੰਦੇ ਕਹਾਂਦੇ ਲੋਕ, 5 ਵਾਰਾਂ ਦਾ ਮੁੱਖ ਮੰਤਰੀ ਆਪਣੇ ਪ੍ਰਕਾਸ਼ ਸਿੰਘ ਬਾਦਲ ਸਾਹਿਬ, 5 ਵਾਰਾਂ ਦੇ ਮੁੱਖ ਮੰਤਰੀ ਸੀਗੇ ਪ੍ਰਕਾਸ਼ ਸਿੰਘ ਬਾਦਲ ਸਾਹਿਬ। ਲੋਕਾਂ ਨੇ ਇੱਕ ਆਮ ਜੇ ਖੁੱਡੀਆਂ ਤੋਂ, ਆਮ ਜੇ ਖੁੱਡੀਆਂ ਤੋਂ, ਗੁਰਮੀਤ ਸਿੰਘ ਖੁੱਡੀਆਂ ਆਮ ਜਿਹਾ ਬੰਦਾ ਸੀ, ਕਦੇ ਕੋਈ ਇਲੈਕਸ਼ਨ ਨਹੀਂ ਲੜਿਆ, ਉਹ ਸੋਰੀ ਜਿੱਤਿਆ, ਉਹ ਉੱਥੋਂ ਇਲੈਕਸ਼ਨ ਲੜਦਾ ਰਿਹਾ, ਕਦੇ ਜਿੱਤਿਆ ਨਹੀਂ ਸੀ। ਆਮ ਜੇ ਬੰਦੇ ਨੇ ਮੁੱਖ ਮੰਤਰੀ ਨੂੰ ਹਰਾਤਾ, ਚੰਨੀ ਨੂੰ ਹਰਾਤਾ ਆਮ ਜੇ ਮੁੰਡੇ ਨੇ। ਇਹ ਨਾ ਸੋਚੋ ਕਿ ਆਮ ਆਦਮੀ ਕਰਕੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ, ਤੁਹਾਨੂੰ ਜਿਤਾਇਆ, ਤੁਹਾਨੂੰ ਜਿਤਾਇਆ ਨਹੀਂ ਹੈਗਾ, ਉਹਨਾਂ ਨੂੰ ਹਰਾਇਆ। ਇਹ ਗੱਲ ਯਾਦ ਰੱਖੋ, ਉਹਨਾਂ ਨੂੰ ਹਰਾਇਆ ਗਿਆ ਦੂਜੀਆਂ ਪਾਰਟੀਆਂ ਵਾਲਿਆਂ ਨੂੰ। ਇਹ ਗੱਲ ਪੱਲੇ ਬੰਨ ਲਓ, ਜੇ ਹਾਲੇ ਵੀ ਪੱਲੇ ਨਹੀਂ ਬੰਨਦੇ, ਹਾਲੇ ਵੀ ਤੁਹਾਨੂੰ ਨਹੀਂ ਸਮਝ ਲੱਗਦੀ, ਤਾਂ ਇਹਦੇ 'ਚ ਅਸੀਂ ਕੁਛ ਨਹੀਂ ਕਰ ਸਕਦੇ। ਹਰੇਕ ਗੱਲ 'ਤੇ ਤੁਸੀਂ ਯੂ ਟਰਨ ਲੈਂਦੇ ਹੋ। ਪੰਚਾਇਤਾਂ ਭੰਗ ਕਰਤੀਆਂ, ਉਹਦੇ ਉੱਤੇ ਤੁਹਾਨੂੰ ਜਦੋਂ ਕੋਰਟ 'ਚੋਂ ਪਈਆਂ ਤੱਤੀਆਂ ਤੱਤੀਆਂ ਸੁਣਨੀਆਂ, ਉਸ ਤੋਂ ਬਾਅਦ ਯੂ ਟਰਨ ਲੈ ਲਿਆ। ਜਿਹੜੇ 2 ਤੁਸੀਂ IAS ਜਿਹੜੇ ਨੇ ਸਸਪੈਂਡ ਕੀਤੇ, ਉਹਨਾਂ ਦਾ ਹੁਣ ਤੱਕ ਕੀਤਾ ਕੀ ਹੈ ਤੁਸੀਂ? ਤੁਸੀਂ ਕੋਈ ਉਹਨਾਂ ਦੇ ਉੱਤੇ ਨਿਯੁਕਤੀ ਜਾਂਚ ਨਹੀਂ ਬਿਠਾਈ, ਕੁਛ ਨਹੀਂ ਕੀਤਾ, ਤੇ ਉਹ ਆਟੋਮੈਟਿਕ 15 ਦਿਨਾਂ ਹੋਰ ਰਹਿ ਗਏ, 15 ਦਿਨਾਂ ਬਾਅਦ ਉਹ ਆਟੋਮੈਟਿਕ ਬਹਾਲ ਹੋ ਜਾਣਗੇ, ਕੀ ਰਹਿ ਗਈ ਉੱਥੇ ਤੁਹਾਡੀ? ਤੁਸੀਂ ਤਾਂ ਮੁੱਖ ਮੰਤਰੀ ਦੇ ਕੱਦ ਨੂੰ IAS-ਾਂ ਤੋਂ ਵੀ ਥੱਲੇ ਲੈ ਕੇ ਜਾ ਰਹੇ ਹੋ। ਇੱਕ ਮੁੱਖ ਮੰਤਰੀ ਥੱਲੇ ਪਤਾ ਨਹੀਂ ਕਿੰਨੇ ਕੁ IAS ਕੰਮ ਕਰਦੇ ਆ। ਤੁਸੀਂ 2 IAS ਤੋਂ ਡਰ ਗਏ, 4 IAS ਤੋਂ ਡਰ ਗਏ, ਕਿਸ ਗੱਲੋਂ ਡਰ ਜਾਂਦੇ ਹੋ IAS-ਾਂ ਤੋਂ? ਉਹ ਨੀਲਿਮਾ ਸੀਗੀ ਚੋਰ, ਉਹਨੂੰ ਕਹਿੰਦੇ ਸੀ ਕਿੰਨੇ ਕੁਛ ਉਹਨੇ ਉੱਥੇ ਘਪਲੇ ਕਰ ਲਏ ਗਮਾਂਡਾ ਦੇ ਵਿੱਚ, ਕਿੰਨਾ ਘਪਲਾ ਕੀਤਾ ਨੀਲਿਮਾ ਨੇ, ਹਾਲੇ ਤੱਕ ਨਹੀਂ ਤੁਹਾਨੂੰ ਉਸ ਤੇ ਕਾਰਵਾਈ ਹੋਈ। ਆਮ ਬੰਦੇ ਤੁਸੀਂ ਉੱਥੇ
ਉਹ ਕੁੜੀ ਤੁਸੀਂ ਫੜ ਲਈ ਜਿਹਦੀ ਦੁੱਧ ਪੀਂਦਾ ਬੱਚਾ ਸੀਗਾ ਜਿਹਦੇ ਕੋਲ, ਉਹ ਕੁੜੀ ਨੂੰ ਫੜ ਕੇ ਤੁਸੀਂ ਜੇਲ੍ਹ 'ਚ ਦੇਤਾ, ਪਰ ਆਈਐਸ ਨੂੰ ਤੁਸੀਂ ਕੁਛ ਨਹੀਂ ਕਿਹਾ। ਕਿਉਂ? ਕਿਉਂਕਿ ਤੁਹਾਨੂੰ ਚਲਾਉਂਦੇ ਹੀ ਆਈਐਸ ਨੇ, ਤੁਹਾਨੂੰ ਪਤਾ ਹੀ ਨਹੀਂ ਕਿਸੇ ਨੂੰ ਕੁਛ, ਤੁਸੀਂ ਪੜ੍ਹਦੇ ਹੀ ਨਹੀਂ ਹੈਗੇ। ਤੁਸੀਂ ਪੜ੍ਹੋ ਕਾਨੂੰਨ ਕੀ ਹੁੰਦੇ ਨੇ, ਕਿਵੇਂ ਸਾਡੇ ਕੋਲ ਕੀ ਪਾਵਰਾਂ ਨੇ ਮੁੱਖ ਮੰਤਰੀ ਦੀਆਂ, ਤੁਸੀਂ ਆਪ ਪੜ੍ਹੋ। ਸਪੀਕਰ ਸਾਹਿਬ ਕਹਿ ਦਿੰਦੇ ਨੇ ਮੈਨੂੰ ਪਤਾ, ਕੀ ਪਤਾ ਸਪੀਕਰ ਦੇ ਕੋਲ ਖੜਾ ਬੰਦਾ ਦੱਸਦਾ ਹੁੰਦਾ ਕਿ ਇਹਨੂੰ ਬਾਹਰ ਕੱਢ ਦੇ, ਇਹਨੂੰ ਅੰਦਰ ਕਰ ਦੇ, ਹੁਣ ਤਾਲੀ ਵਜਵਾ ਲੈ, ਹੁਣ ਉਹਨੂੰ ਉਠਾ ਲੈ, ਹੁਣ ਉਹਨੂੰ ਬਿਠਾ ਦੇ। ਇਹ ਕੀ ਚੱਲ ਰਿਹਾ, ਕਾਹਦਾ ਲੋਕਤੰਤਰ ਚੱਲ ਰਿਹਾ? ਚਲਾ ਤਾਂ ਤੁਹਾਨੂੰ ਅਫਸਰਸ਼ਾਹੀ ਰਹੀ ਹੈ, ਕਿਸ ਹਿਸਾਬ ਦਾ ਲੋਕਤੰਤਰ ਹੋਇਆ ਹੈ? ਚਲਾ ਤੁਹਾਨੂੰ ਅਫਸਰਸ਼ਾਹੀ ਰਹੀ ਹੈ। ਭਗਵੰਤ ਮਾਨ ਸਾਹਿਬ, ਤੁਹਾਡੇ ਤੇ ਬਹੁਤ ਉਮੀਦਾਂ ਸੀ ਲੋਕਾਂ ਨੂੰ, ਬਹੁਤ ਉਮੀਦਾਂ ਸੀ, ਪਰ ਮੈਨੂੰ ਨਹੀਂ ਲੱਗਦਾ ਇਹ ਪੂਰੀਆਂ ਹੋਣਗੀਆਂ। ਜਿਵੇਂ ਜੇ ਹਾਲਾਤ ਬਣਦੇ ਜਾ ਰਹੇ ਨੇ, ਜਿਵੇਂ ਜੇ ਟੀਚਰਾਂ ਨੂੰ ਤੁਸੀਂ ਬੱਸਾਂ ਦੇ ਲੋਕਾਂ ਨੂੰ ਢੋਣ ਤੇ ਲਾਤਾ, ਦੱਸੋ ਫੂਡ ਸਪਲਾਈ ਵਾਲੇ ਇੰਸਪੈਕਟਰਾਂ ਨੂੰ ਤੁਸੀਂ ਲੋਕਾਂ ਨੂੰ ਰੋਟੀ ਦੇ ਪੈਕਟ ਵੰਡਣ ਤੇ ਲਾਤਾ ਯਾਰ। ਕੀ ਇਹ ਅੱਜ ਤੱਕ ਇਤਿਹਾਸ 'ਚ ਐਵੇਂ ਹੋਇਆ ਕਿ ਸਰਕਾਰੀ ਮੁਲਾਜ਼ਮ ਬੱਸਾਂ ਦੇ ਰੈਲੀਆਂ ਦੇ ਵਿੱਚ ਬੰਦੇ ਢੋਂਦੇ ਫਿਰਨ? ਐ ਹੋਇਆ ਕਦੇ? ਇਹ ਪਹਿਲੀ ਵਾਰ ਹੋਇਆ। ਬਦਲਾਵ ਹੈ, ਇਹਨੂੰ ਬਦਲਾਵ ਹੀ ਕਹੋ, ਇਹ ਬਦਲਾਵ ਹੋਇਆ। ਤੇ ਅੱਜ ਜਦੋਂ ਟੀਚਰ ਇਹ ਬੱਚਿਆਂ ਰੈਲੀ ਤੇ ਤੁਹਾਡੀ ਰੈਲੀ ਦੇ ਉੱਤੇ ਜਾ ਕੇ ਢੋ ਰਹੇ ਸੀਗੇ ਲੋਕਾਂ ਨੂੰ, ਤਾਂ ਉਦੋਂ ਬੱਚਿਆਂ ਦੀ ਪੜ੍ਹਾਈ ਕੌਣ ਕਰਾ ਰਿਹਾ ਸੀਗਾ? ਕਿ ਤੁਹਾਡੇ ਕੋਲ ਐਕਸਟਰਾ ਟੀਚਰ ਨੇ? ਜਿੰਨੀ ਟੀਚਰਾਂ ਦੀ ਪੰਜਾਬ 'ਚ ਲੋੜ ਹੈ ਉਸ ਤੋਂ ਉੱਪਰ ਟੀਚਰ ਨੇ ਤੁਹਾਡੇ ਕੋਲ? ਕਿ ਐਕਸਟਰਾ ਟੀਚਰ ਚਲੋ ਇਹ ਕੰਮ ਕਰ ਰਹੇ ਨੇ ਸੀ? ਲੱਖ ਲਾਨਤ ਹੈ, ਬਹੁਤ ਦੁਖੀ ਨੇ ਪੰਜਾਬ ਦੇ ਲੋਕ। ਅੱਜ ਤੁਸੀਂ ਵੋਟਾਂ ਕਰਾ ਲਓ ਮੁੱਖ ਮੰਤਰੀ ਸਾਹਿਬ, ਅੱਜ ਵੋਟਾਂ ਕਰਾ ਲਓ ਵਿਧਾਨ ਸਭਾ ਦੀਆਂ, ਐਮਪੀ ਦੀਆਂ ਨਹੀਂ। ਜਦੋਂ ਐਮਪੀ ਦੀਆਂ ਵੋਟਾਂ, ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਕਰਾਓਗੇ ਨਾ, ਉਦੋਂ ਸਾਰਾ ਤਾਮ ਝਾਮ ਤੁਹਾਡੇ ਕੋਲ ਹੋਏਗਾ, ਸਰਕਾਰ ਤੁਹਾਡੀ ਹੋਏਗੀ। ਤੁਸੀਂ ਅੱਜ ਵਿਧਾਨ ਸਭਾ ਦੀਆਂ ਵੋਟਾਂ ਕਰਾ ਲਓ। ਜੇ ਤੁਹਾਡੇ ਪੰਜ ਬੰਦੇ ਜਿੱਤ ਗਏ ਨਾ, ਮੈਂ ਤੁਹਾਡੀ ਲੱਤ ਥੱਲੋਂ ਲੰਘ ਜਾਵਾਂਗਾ। ਜੇ ਤੁਹਾਡੇ ਪੰਜ ਬੰਦੇ ਵੀ ਜਿੱਤ ਗਏ, ਤੁਹਾਡੇ ਸਮੇਤ ਜੇ ਪੰਜ ਵੀ ਜਿੱਤ ਗਏ, ਬਹੁਤ ਦੁਖੀ ਨੇ ਲੋਕ ਤੁਹਾਡੇ ਤੋਂ, ਬਹੁਤ ਜ਼ਿਆਦਾ ਦੁਖੀ ਨੇ। ਤੁਸੀਂ ਜਿਹੜੇ ਕੰਮ ਕਰ ਰਹੇ ਹੋ ਉਹ ਕੰਮ ਨਹੀਂ ਕਰਨ ਦੇ ਜਿਹੜੇ ਤੁਸੀਂ ਕੰਮ ਕਰ ਰਹੇ ਹੋ। ਕੋਈ ਵੀ ਨਹੀਂ ਬੰਦਾ ਉਹ ਕੰਮ ਕਰਦਾ ਹੁੰਦਾ। ਦਿੱਲੀ ਵਾਲਿਆਂ ਦੇ ਆਖੇ ਲੱਗ ਕੇ ਤੁਸੀਂ ਆਪਣੀ ਬੇਇੱਜ਼ਤੀ ਨਾ ਕਰਾਓ, ਮੈਂ ਤਾਂ ਇੰਨਾ ਕੀ ਕਹਾਂਗਾ। ਸ਼ੁਕਰੀਆ।